Hvor er det rigtigt, sagde han? Han flammer mig videre. Han går videre. Han går videre. Tak, det er godt. ਜਦ ਵੀ ਦੇਖ ਬੈਗ ਭਰਦੀ ਨਹੀਂ ਭਰਦੀ ਕੱਪੜੇ ਲੀੜੇ ਚੱਪਦੀ ਆ ਥੁੰਨ ਥੁੰਨ ਬੈਗ ਦੇਈ ਜਾਂਦੀ ਆ ਕਦੇ ਭਾਈ ਨੂੰ ਕਦੇ ਭਰਜਾਈ ਨੂੰ ਕਦੇ ਭੈਣਾਂ ਨੂੰ ਵੀ ਤੈ ਤਾਂ ਸਾਰੇ ਹਿਸਾਬ ਨਾਲ ਤਾਂ ਤੂੰ ਘਰੇ ਖਾਲੀ ਕਰ ਦੇਗੀ ਉਹਨਾਂ ਨੇ ਖਤਰੇ ਹੀ ਆ ਪੁੱਛੇ ਸਹੁਰੇ ਦਾ ਤਾਂ ਪਤਾ ਹੀ ਨਹੀਂ ਗਾ ਵੀ ਹੈਗਾ ਕੋਈ ਕਿ ਨਹੀਂ ਹੈਗਾ ਦੇਖੋ ਚੱਪਦੀ ਆ ਕਾਹਦਾ ਜੇ ਅਗਲਾ ਕਹਿੰਦਾ ਫਿਰ ਕਲੇਸ਼ ਪੈਂਦਾ ਫਿਰ ਆਏ ਮੂੰਹ ਆਰਾਮ ਨਾਲ ਕਿ ਮੁੰਡਿਆਂ ਦੇ ਕੋਲ ਨੂੰ ਬਹਿੰਦੀਆਂ ਨੇ ਜਿਸੇ ਆਪਾਂ ਕੋ ਕਰੇ ਯਾਰ ਉਹ ਮੇਰੇ ਯਾਰ ਰੱਬਾ ਕੋਈ ਸਕੀਮ ਲਾ ਦੇ ਮੈਂ ਕਦੇ ਲੜਾਈ ਨਹੀਂ ਚਾਹੁੰਦਾ ਕੀ ਕਰਾਂ ਉਹ ਕਿੱਦਾਂ ਜਸਵਿੰਦਰ ਉਹ ਯਾਰ ਬਾਈ ਮੈਨੂੰ ਨਾ ਇੱਥੇ 6 ਸਾਲ ਹੋ ਗਏ ਪੱਕੇ ਹੋਏ ਮੈਂ ਸੌਂ ਲੱਗੀ ਨਾ ਪਹਿਲਾਂ ਸੁੱਖ ਸੁੱਖੀ ਸੀ ਕਿ ਮੈਂ ਗਰੀਬਾਂ ਦੇ ਜਵਾਕਾਂ ਨੂੰ ਕੱਪੜੇ ਦਊਂਗਾ ਖਿਡੌਣੇ ਦਊਂਗਾ ਜੂਟ ਆਹ ਚੱਪਲਾਂ ਦਊਂਗਾ ਉਹ ਅੱਜ ਯਾਰ ਮੈਂ ਆਪਣੀ ਵਾਈਫ ਕੋਲ ਸਮਾਨ ਭੇਜ ਰਿਹਾ ਇੱਕ ਬੈਗ ਭਰ ਕੇ ਯਾਰ ਪਲੀਜ਼ ਉੱਥੇ ਮੈਂ ਸੁੱਖ ਸੁੱਖੀ ਸਾਰਿਆਂ ਨੂੰ ਉਹ ਕਰ ਦਿਓ ਪਰ ਦੱਸਿਓ ਨਾ ਕਿਸੇ ਨੂੰ ਵੀ ਕਿਹਨੇ ਭੇਜੇ ਨੇ ਮੈਂ ਗੁਪਤਦਾਨ ਕਰਨਾ ਚਾਹੁੰਦਾ ਮੈਂ ਤਾਂ ਈਵਨ ਆਪਣੇ ਘਰਦਿਆਂ ਨੂੰ ਨਹੀਂ ਦੱਸਦਾ ਹੈਗਾ ਵੀ ਮੈਂ ਇੰਡੀਆ ਕੱਪੜੇ ਭੇਜ ਰਿਹਾ ਯਾਰ ਮੇਰੀ ਸੁੱਖ ਸੁੱਕੀ ਸੀ ਮੈਂ ਦਿਲ 'ਚ ਚੱਲ ਠੀਕ ਆ ਚੰਗਾ ਵੀਰੇ ਦਾਨ ਕਰਨੇ ਨੇ ਕੱਪੜੇ ਹਾਂ ਕਿਉਂ ਹੋਰ ਕੀ ਕਰਨਾ ਅੱਛਾ ਮੈਂ ਤਾਂ ਚਲੋ ਚੱਲ ਫਿਰ ਐਂ ਕਰਦੇ ਹਾਂ ਮੈਂ ਵੀ ਦੇ ਦਿੰਦੀ ਹਾਂ ਮੇਰੇ ਕੋਲ ਵੀ ਪਏ ਨੇ ਉਹ ਨਹੀਂ ਨਹੀਂ ਮੰਮੀ ਹਜੇ ਮੈਂ ਭੇਜ ਰਿਹਾ ਅਗਲੀ ਵਾਰ ਕਰਦਾ ਕਿਉਂਕਿ ਇਹ ਗੁਪਤਦਾਨ ਆ ਮੈਂ ਨਹੀਂ ਚਾਹੁੰਦਾ ਕਿਸੇ ਕੋਲ ਵੀ ਗੱਲ ਕਰੀ ਜਾਵੇ ਮੈਂ ਸਵਾਮ ਸੁੱਖੀ ਸੀ ਵੀ ਮੈਂ ਆਪਣੇ ਘਰਦਿਆਂ ਨੂੰ ਨਹੀਂ ਦੱਸਣਾ ਹੈਗਾ ਅੱਛਾ ਤੇ ਇਸ ਕਰਕੇ ਚੱਲ ਠੀਕ ਆ ਭਾਈ ਕਰੋ ਦਾਨ ਤਾਂ ਜਿੰਨਾ ਹੁੰਦਾ ਉਨੇ ਚੰਗਾ ਹਾਂ ਚਲੋ ਭਾਈ ਮੈਂ ਤਾਂ ਹੋਰ ਕੁਛ ਸੋਚੀ ਬੈਠੀ ਸੀਗੀ ਦੁਖਾਨੀ ਪੇਕਿਆਂ ਨੂੰ ਭੇਜਦੀ ਆ ਚਲੋ ਤਾਂ ਫਿਰ ਇਹਨਾਂ ਨੇ ਦਾਨ ਕਰਨਾ ਵੀ ਗੁਪਤ ਦਾਨ ਚਲੋ ਅੰਦਰ ਵਸਦਾ ਓ ਨੀ ਮੇਰੇ ਦਿਲ ਨੂੰ ਪੈਂਦੀ ਖੋਲ ਕੋਈ ਬਾਤ ਜੇ ਉਸਦੀ ਪਾਵੇ ਦਿਲ ਟੇਸ਼ਨ ਜਾ ਫੜ ਜਾਵੇ ਫਿਰ ਤੁਰਦੀ ਗੱਲ ਸੁਣਾਵੇ ਦਿਲ ਮੇਰਾ